ਫਾਜ਼ਿਲਕਾ ਦੀ ਬਾਰਡਰ ਰੋਡ ਤੇ ਨਗਰ ਕੌਂਸਲ ਵੱਲੋਂ ਚਲਾਇਆ ਗਿਆ ਅਤੀਕ੍ਰਮਣ ਹਟਾਓ ਅਭਿਆਨ, ਕਈਆਂ ਦਾ ਸਮਾਨ ਕੀਤਾ ਗਿਆ ਜ਼ਬਤ। ਫਾਜ਼ਿਲਕਾ ਦੀ ਨਗਰ ਕੌਂਸਲ ਵੱਲੋਂ ਬਾਰਡਰ ਰੋਡ ਤੇ ਸਫਾਈ ਅਭਿਆਨ ਦੇ ਨਾਲ ਨਾਲ ਅਤੀਕ੍ਰਮਣ ਹਟਾਓ ਅਭਿਆਨ ਦੀ ਸ਼ੁਰੂਆਤ ਵੀ ਕੀਤੀ ਗਈ ਹੈ, ਜਿਸ ਦੇ ਤਹਿਤ ਇੱਥੇ ਲੋਕਾਂ ਵੱਲੋਂ ਦੁਕਾਨਾਂ ਦੇ ਬਾਹਰ ਰੱਖੇ ਗਏ ਸਮਾਨ ਨੂੰ ਹਟਾਇਆ ਜਾ ਰਿਹਾ ਹੈ ਅਤੇ ਕਈਆਂ ਦਾ ਸਮਾਨ ਜ਼ਬਤ ਵੀ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਈਓ ਦੇ ਆਦੇਸ਼ਾਂ ਦੇ ਨਾਲ ਇਹ ਅਭਿਆਨ ਚਲਾਇਆ ਗਿਆ ਅਤੇ ਦੁਕਾਨਾਂ ਦੇ ਬਾਹਰ ਪਏ ਸਮਾਨ ਨੂੰ ਜ਼ਬਤ ਵੀ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਸਪੈਸ਼ਲ ਡਰਾਈਵ ਚਲਾਈ ਗਈ ਹੈ ਅਤੇ ਇਹ ਅਭਿਆਨ ਅੱਗੇ ਵੀ ਜਾਰੀ ਰਹੇਗਾ। ਉਧਰ ਨਗਰ ਕੌਂਸਲ ਦੇ ਇਸ ਅਭਿਆਨ ਨੂੰ MC ਜਗਦੀਸ਼ ਬਸਵਾਲਾ ਵੱਲੋਂ ਵਧੀਆ ਦੱਸਿਆ ਗਿਆ, ਲੇਕਿਨ ਉਹਨਾਂ ਦਾ ਰੋਸ ਵੀ ਦੇਖਣ ਨੂੰ ਮਿਲਿਆ। ਉਹਨਾਂ ਨੇ ਕਿਹਾ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਦੁਕਾਨਾਂ ਦੇ ਅੰਦਰ ਵੜ ਕੇ ਸਮਾਨ ਚੁੱਕਿਆ ਜਾ ਰਿਹਾ, ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਰੋਸ ਜ਼ਾਹਿਰ ਕੀਤਾ ਗਿਆ। ਉਧਰ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਨਰੇਸ਼ ਖੇੜਾ ਨੇ ਕਿਹਾ ਕਿ ਉਹਨਾਂ ਵੱਲੋਂ ਅਭਿਆਨ ਚਲਾਇਆ ਗਿਆ ਅਤੇ ਦੁਕਾਨਾਂ ਦੇ ਬਾਹਰ ਪਏ ਸਮਾਨ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਜੀ ਸਰ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀਆਂ ਹਦਾਇਤਾਂ ਸਾਨੂੰ ਮਿਲੀਆਂ ਗਈਆਂ ਸੀਗੀਆਂ, ਸਾਨੂੰ ਪ੍ਰਾਪਤ ਹੋਈਆਂ ਨੇ, ਉਹਦੀ ਅਸੀਂ ਕੰਪਲਾਈਂਸ ਕਰ ਰਹੇ ਹਾਂ ਅੱਜ। ਅਸੀਂ ਇਸ ਤੋਂ ਪਹਿਲਾਂ ਨੋਟਿਸ ਜਾਰੀ ਕੀਤੇ ਸੀਗੇ, 15 ਅਗਸਤ ਤੋਂ ਪਹਿਲਾਂ ਵੀ ਅਸੀਂ ਇਸ ਜਿਹੜੇ ਕਬਾੜੀ ਵਾਲੇ ਹੈਗੇ ਨੇ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਜਿਹੜਾ ਜਗ੍ਹਾ ਘੇਰੀ ਹੋਈ ਹੈ, ਨਗਰ ਕੌਂਸਲ ਜਗ੍ਹਾ ਘੇਰੀ ਹੋਈ ਹੈ, ਆਪਣਾ ਸਮਾਨ ਜਿਹੜਾ ਹੈਗਾ ਸਰਕਾਰੀ ਜਗ੍ਹਾ ਨੂੰ ਚੱਕ ਕੇ ਆਪਣੇ ਅੰਦਰ ਰੱਖੋ, ਅਤੇ ਕਬਾੜ ਦੇ ਸਮਾਨ ਨਾਲ ਗੰਦਗੀ ਬੜੀ ਪੈਦਾ ਹੁੰਦੀ ਹੈ, ਅਗਰ ਬਾਰਿਸ਼ ਹੁੰਦੀ ਹੈ ਤਾਂ ਉਹਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਅਤੇ ਡੇਂਗੂ ਦਾ ਲਾਰਵਾ ਬਣ ਜਾਂਦਾ, ਅਤੇ ਇਸ ਚੀਜ਼ ਦਾ ਨੂੰ ਸੋਲਵ ਕਰਨ ਲਈ ਅਸੀਂ ਇਹਨਾਂ ਨੂੰ ਨੋਟਿਸ ਜਾਰੀ ਕੀਤੇ ਸੀਗੇ ਕਿ ਅੱਜ ਕੱਲ੍ਹ ਇਹ ਸਮਾਨ ਜਿਹੜਾ ਹੈਗਾ ਚੱਕ ਕੇ ਆਪਣੀ ਜਿਹੜੀ ਸਰਕਾਰੀ ਜਗ੍ਹਾ ਖਾਲੀ ਕਰ ਦਿਓ। ਖਾਲੀ ਨਾ ਕਰਨ ਦੇ ਉਪਰੰਤ ਅਸੀਂ ਸਾਨੂੰ ਇਹ ਉਪਰਾਲਾ ਕਰਨਾ ਪੈ ਰਿਹਾ ਹੈ। ਅੱਜ ਅਸੀਂ ਇਨਫੋਰਸਮੈਂਟ ਅਭਿਆਨ ਦੇ ਤਹਿਤ ਅਸੀਂ ਇੱਥੇ ਆਏ ਹਾਂ ਅਤੇ ਜਿੰਨੇ ਵੀ ਕਬਾੜ ਵਾਲੇ ਹੈ ਪਲੱਸ ਗਊਸ਼ਾਲਾ ਰੋਡ ਅਤੇ ਇਸ ਦੇ ਨਾਲ ਨਾਲ ਜਿੱਥੋਂ ਸਾਨੂੰ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਨੇ ਕੋਈ ਟ੍ਰੈਫਿਕ ਸੰਬੰਧੀ ਜਾਂ ਕੋਈ ਸਫਾਈ ਸੰਬੰਧੀ, ਅਸੀਂ ਉਹ ਸਾਰਾ ਸਮਾਨ ਜਿਹੜਾ ਹੈਗਾ ਜਿਹੜਾ ਸਰਕਾਰੀ ਜਗ੍ਹਾ 'ਤੇ ਪਿਆ ਹੈ ਉਹ ਅੱਜ ਚੱਕ ਕੇ ਲੈ ਕੇ ਜਾਵਾਂਗਾ। ਨਗਰ ਕੌਂਸਲ ਦੇ ਵਿੱਚ ਮੌਜੂਦਾ MC ਜਗਦੀਸ਼ ਬਸਵਾਲਾ ਜੀ ਵੱਲੋਂ ਕਿਹਾ ਜਾ ਰਿਹਾ ਹੈ ਵੀ ਜੋ ਅਭਿਆਨ ਚਲਾਇਆ ਗਿਆ ਉਹ ਸਹੀ ਹੈ, ਚਲਾਉਣਾ ਚਾਹੀਦਾ, ਪਰ ਜੋ ਸਮਾਨ ਦੁਕਾਨ ਦੇ ਅੰਦਰ ਪਿਆ ਉਹ ਕਿਉਂ ਚੱਕਿਆ ਜਾ ਰਿਹਾ? ਦੁਕਾਨ ਦੇ ਅੰਦਰ ਵੜ ਕੇ ਕਿਸੇ ਨੇ ਕੋਈ ਸਮਾਨ ਨਹੀਂ ਚੱਕਿਆ ਜੀ, ਜਾਂ ਤੁਸੀਂ ਦਿਖਾ ਦਿਓ ਮੈਨੂੰ ਕੋਈ ਫੋਟੋਗ੍ਰਾਫ ਤੁਹਾਡੇ ਕੋਲ ਹੈਗੀਆਂ ਨੇ, ਜਾਂ ਕੋਈ ਜਗਦੀਸ਼ ਜੀ ਸਾਨੂੰ ਦੱਸ ਦਿਓ, ਸਾਡੇ ਕੌਂਸਲਰ ਨੇ ਸਾਨੂੰ ਦੱਸ ਦਿਓ। ਅਸੀਂ ਕਿਸੇ ਦੇ ਵੀ ਦੁਕਾਨ ਦੇ ਅੰਦਰ ਜਾ ਕੇ, ਹਾਂ ਦੁਕਾਨ ਦੇ ਅੰਦਰ ਬਾਹਰ ਸਮਾਨ ਪਿਆ ਅਤੇ ਉਹ ਨਗਰ ਕੌਂਸਲ ਜਗ੍ਹਾ ਹੈ, ਅਸੀਂ ਸਿਰਫ ਉੱਥੋਂ ਹੀ ਸਮਾਨ ਹਟਾਉਣ ਵਾਸਤੇ ਕਿਹਾ ਜੀ। ਇਹ ਅਭਿਆਨ ਕਦੋਂ ਤੱਕ ਚੱਲੇਗਾ ਸਰ? ਇਹ ਅਸੀਂ ਹੁਣ ਕੰਟੀਨਿਊਸਲੀ ਅਸੀਂ ਚਲਾਵਾਂਗੇ, ਹਫ਼ਤੇ ਦੇ ਵਿੱਚ ਇੱਕ ਦਿਨ ਅਸੀਂ ਕੈਂਪੇਨ ਕਰਿਆ ਕਰਾਂਗੇ। ਜਿਹੜੀ ਸਾਡੇ ਨੋਟਿਸ ਦੇ ਵਿੱਚ ਜਗ੍ਹਾ ਆਉਂਦੀ ਹੈ ਜਾਂ ਪਬਲਿਕ ਵੱਲੋਂ ਸਾਨੂੰ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਅਸੀਂ ਉਹਨੂੰ ਸੋਲਵ ਕਰਾਂਗੇ। ਸਰ, ਅਕਸਰ ਦੇਖਣ ਨੂੰ ਮਿਲਦਾ ਜਦੋਂ ਤੁਸੀਂ ਇਸ ਤਰ੍ਹਾਂ ਦਾ ਅਭਿਆਨ ਚਲਾਉਂਦੇ ਹੋ, ਨਗਰ ਕੌਂਸਲ ਦੇ ਹੀ ਕਈ ਅਧਿਕਾਰੀਆਂ ਦਾ ਫੋਨ ਚਲਾ ਜਾਂਦਾ ਦੁਕਾਨਦਾਰਾਂ ਨੂੰ, ਉਹ ਉੱਥੇ ਪਹੁੰਚਦੇ ਵੀ ਨਹੀਂ ਅਤੇ ਉਸ ਤੋਂ ਪਹਿਲਾਂ ਦੁਕਾਨਦਾਰ ਆਪਣਾ ਸਮਾਨ ਅੰਦਰ ਰੱਖ ਲੈਂਦੇ ਨੇ? ਨਹੀਂ, ਐਜਾ ਨਹੀਂ ਹੁੰਦਾ। ਮੰਨ ਲਓ ਕਿ ਅਸੀਂ ਉੱਥੋਂ ਸ਼ੁਰੂਆਤ ਕੀਤੀ, ਅੱਲੀ ਵਾਲੇ ਚੌਂਕ ਤੋਂ ਸ਼ੁਰੂਆਤ ਕੀਤੀ ਕਬਾੜ ਦਾ ਸਮਾਨ ਲਵਾਉਣ ਵਾਸਤੇ, 1/2 ਕਿਲੋਮੀਟਰ ਆਉਣ ਲੱਗਿਆ ਸਾਨੂੰ 1/2 ਘੰਟਾ ਲੱਗ ਜਾਂਦਾ ਹੈ, ਤਾਂ ਦੁਕਾਨਦਾਰਾਂ ਨੂੰ ਪਤਾ ਲੱਗ ਜਾਂਦਾ ਵੀ ਕਮੇਟੀ ਵਾਲੇ ਆਏ ਹੈ, ਤਾਂ ਇਸ ਚੀਜ਼ ਨੂੰ ਉਹ ਲੈ ਕੇ ਆਪਣਾ ਸਮਾਨ ਆਪਣੇ ਆਪ ਅੰਦਰ ਕਰ ਲੈਂਦੇ ਹੈ। ਅਸੀਂ ਕੋਈ ਜਾਂ ਨਗਰ ਕੌਂਸਲ ਦਾ ਕੋਈ ਵੀ ਅਧਿਕਾਰੀ ਇਹੋ ਜਿਹਾ ਨਹੀਂ ਗਾ ਕਿ ਉਹਨਾਂ ਨੂੰ ਫੋਨ ਕਰੇਗਾ, ਉਹਨਾਂ ਨੂੰ ਸਮਾਂ ਮਿਲ ਜਾਂਦਾ ਸਮਾਨ ਅੰਦਰ ਕਰਨਾ ਸੀ। ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਜਦੋਂ ਤੁਹਾਨੂੰ ਨੋਟਿਸ ਜਾਰੀ ਹੋਏ ਨੇ ਤੁਸੀਂ ਸਮਾਨ ਉਦੋਂ ਹੀ ਕਰ ਲਓ, ਜ਼ਰੂਰੀ ਨਗਰ ਕੌਂਸਲ ਦਾ ਅਮਲਾ ਆਏਗਾ ਤਾਂ ਤੁਸੀਂ ਸਮਾਨ ਉਦੋਂ ਅੰਦਰ ਕਰਨਾ। ਸਾਡੀ ਸਭ ਨੂੰ ਬੇਨਤੀ ਹੈ ਕਿ ਸਾਨੂੰ ਅੱਜ ਜੋ ਨਜਾਇਜ਼ ਕਬਜ਼ੇ ਨੂੰ ਹਟਾਇਆ ਜਾ ਰਿਹਾ ਜਾਂ ਜੋ ਵੀ ਸਮਾਨ ਪਿਆ ਸੜਕਾਂ ਤੇ ਉਹਨੂੰ ਚੱਕਿਆ ਜਾ ਰਿਹਾ ਉਹਨੂੰ ਕਿਵੇਂ ਮੰਨਦੇ ਹੋ ਤੁਸੀਂ? ਬਹੁਤ ਵਧੀਆ ਜੀ, ਸਫਾਈ ਅਭਿਆਨ ਚੱਲ ਰਿਹਾ, ਨਾਲੇ ਰੋਡ ਵੀ ਜਾਮ ਹੁੰਦਾ ਸੀ, ਦਿੱਕਤ ਆ ਨਹੀਂ ਸੀ, ਬਹੁਤ ਵਧੀਆ ਉਪਰਾਲਾ ਚੱਲਦਾ ਰਹਿਣਾ ਚਾਹੀਦਾ ਵੈਸੇ ਤਾਂ, ਲੇਕਿਨ ਇਹ ਦੁਕਾਨਾਂ ਦੇ ਅੰਦਰੋਂ ਮਾਲ ਚੱਕਦੇ ਪਏ, ਹੁਣ ਡਿਵਾਈਡਰ ਲੱਗਿਆ ਅੱਗੇ, ਡਿਵਾਈਡਰ ਹੈਗਾ ਬਰਸਾਤੀ ਪਾਣੀ ਦਾ, ਉਹਦੇ ਅੰਦਰੋਂ ਚੱਕ ਰਹੇ ਨੇ ਦੁਕਾਨਾਂ ਦੇ ਅੰਦਰੋਂ, ਇਹ ਥੋੜ੍ਹਾ ਜਿਹਾ ਗਲਤ ਪ੍ਰਭਾਵ ਪੈ ਗਿਆ, ਇਹ ਧੱਕਾ ਹੋ ਰਿਹਾ। ਬਾਕੀ ਸਹੀ, ਤੁਸੀਂ ਮੌਜੂਦਾ MC ਹੋ, ਤੁਹਾਡਾ ਵੀ ਸਮਾਨ ਚੱਕ ਕੇ ਲੈ ਕੇ ਗਏ ਨੇ, ਹਾਂਜੀ ਹਾਂਜੀ, ਕੋਈ ਪਕਸ਼ਪਾਤ ਨਹੀਂ ਲੱਗਦਾ ਕਿਤੇ ਜਾ ਰਹੇ ਜੀ? ਅਸੀਂ ਆਪ ਕਹਿੰਦੇ ਹਾਂ ਉਸ 'ਚ ਬਹਿ ਕੇ, ਇਹ ਹੋਣਾ ਚਾਹੀਦਾ, ਇਹ ਨਜਾਇਜ਼ ਜਿਹੜੇ ਕਬਜ਼ੇ ਹੋਏ ਨੇ ਨਹੀਂ ਹੋਣੇ ਚਾਹੀਦੇ, ਇਹਨਾਂ ਟ੍ਰੈਫਿਕ ਸੁੰਦਰਤਾ ਸ਼ਹਿਰ ਦੀ ਸੁੰਦਰਤਾ ਨੂੰ ਵੀ ਗਲਤ ਹੋਈ, ਲੇਕਿਨ ਆਹ ਜਿਹੜੇ ਡਿਵਾਈਡਰ ਲੱਗੇ ਹੋਏ ਨੇ ਬਰਸਾਤੀ ਬਰਨਾਲੇ ਵਾਲੇ, ਉਹਦੇ ਅੰਦਰੋਂ ਦੁਕਾਨਾਂ ਦੇ ਅੰਦਰੋਂ ਚੱਕਰੇ ਨੇ, ਖਾਸ ਕਰ ਮੇਰਾ ਚੱਕਿਆ ਜੀ, ਕੋਈ ਗੱਲ ਨਹੀਂ, ਮੈਂ ਲੇਕਿਨ ਅੰਦਰੋਂ ਤਾਂ ਨਾ ਚੱਕਣ, ਤੁਹਾਡਾ ਪ੍ਰਸ਼ਾਸਨ ਨੂੰ ਕਿਦਾਂ ਨੇ ਕੀ ਗੱਲ ਹੈਗੀ ਕੀ ਨਹੀਂ ਹੈਗੀ, ਜਾਣ ਬੁੱਝ ਕੇ ਚੱਕਿਆ ਗਿਆ ਮੇਰਾ ਖਾਸ ਕਰਕੇ ਵੀ ਡਿਵਾਈਡਰ ਚੋਂ ਅੰਦਰੋਂ।
ਅਸੀਂ ਚੱਕਤਾ ਸੀ ਅਸੀਂ ਪਹਿਲਾਂ ਸਾਫ਼ ਸਫਾਈ ਕੀਤੀ ਹੋਈ ਹੈ ਹੁਣ ਮੌਕੇ ਤੇ ਵੇਖ ਲਓ ਅੰਦਰੋਂ ਚੱਕ ਕੇ ਲੈ ਗਏ ਨੇ ਸਮਾਨ ਐਵੇਂ ਤਾਂ ਫਿਰ ਜਾਂ ਤਾਂ ਸ਼ਹਿਰ ਦੀ ਸਫਾਈ ਹੋ ਰਹੀ ਹੈ ਕੋਈ ਦਿੱਕਤ ਨਹੀਂ ਸਾਨੂੰ ਖਾਸ ਕਰਕੇ ਮੈਨੂੰ ਟਾਰਗੇਟ ਬਣਾਇਆ ਗਿਆ ਵੀ ਡਿਵਾਈਡਰ ਦੇ ਅੰਦਰੋਂ ਚੱਕ ਕੇ ਉਹਨੂੰ ਚੱਕੇ ਬਰਸਾਤੀ ਨਾਲੇ ਤੋਂ ਲੈ ਗਏ ਅੱਜ ਨਗਰ ਕੌਂਸਲ ਵੱਲੋਂ ਬਾਰਡਰ ਰੋਡ ਦੇ ਜਿਹੜੀ ਨਜਾਇਜ਼ ਇਨਕਰੋਚਮੈਂਟ ਸੀ ਉਹ ਰਿਮੂਵ ਕੀਤੀ ਜਾ ਰਹੀ ਹੈ ਜੀ ਇਸ 'ਚ ਅਸੀਂ 5 ਟਰਾਲੀਆਂ ਸਮਾਨ ਦੀਆਂ ਜਿਹੜੀਆਂ ਸੜਕਾਂ 'ਤੇ ਪਹੁੰਚਦੇ ਟ੍ਰੈਫਿਕ ਦੀ ਸਮੱਸਿਆ ਕਰ ਰਹੇ ਹਾਂ ਅਸੀਂ ਆਉਣ ਜਾਣ ਵਾਲਿਆਂ ਨੂੰ ਜਬਤ ਕਰਕੇ ਨਗਰ ਕੌਂਸਲ ਦਫ਼ਤਰ ਪਹੁੰਚਾਈਆਂ ਕੋਈ ਇਹਨਾਂ ਨੋਟਿਸ ਵੀ ਜਾਰੀ ਕੀਤੇ ਗਏ ਸੀ ਹਾਂਜੀ ਅਸੀਂ ਪਹਿਲੇ ਪਿਛਲੇ ਹਫ਼ਤੇ ਸਾਰਿਆਂ ਨੂੰ ਨੋਟਿਸ ਦੇ ਦਿੱਤੇ ਸੀ ਇਹਨਾਂ ਨੂੰ ਵਾਰਨਿੰਗ ਵੀ ਦੇ ਦਿੱਤੀ ਤੁਸੀਂ ਆਪਣਾ ਸਮਾਨ ਆਪਣੀ ਹੱਥ 'ਚ ਰੱਖੋ ਸਰਕਾਰੀ ਜਗ੍ਹਾ 'ਤੇ ਨਾ ਰੱਖੋ ਕਿੰਨੇ ਸਮੇਂ ਤੋਂ ਜਿਹੜਾ ਇਹ ਕਬਜ਼ਾ ਧਾਰਕ ਸੀਗੇ ਕਾਫੀ ਪਿਛਲੇ ਕਾਫੀ ਸਮੇਂ ਤੋਂ ਕੰਪਲੇਂਟ ਦੇ ਰਹੇ ਸੀ ਪਿੱਛੇ ਵੀ ਅਸੀਂ ਰਿਮੂਵ ਕਰੇ ਗਏ ਸੀਗੇ ਲੇਕਿਨ ਲੋਕਾਂ ਤੋਂ ਦੁਬਾਰਾ ਫਿਰ ਇਨਫੋਰਸਮੈਂਟ ਕਰ ਲਈ ਕਿੰਨੇ ਕੁ ਦੁਕਾਨਦਾਰ ਨੇ ਜਿਨ੍ਹਾਂ ਦੇ ਵੱਲੋਂ ਇਹ ਸੜਕ ਦੇ ਉੱਤੇ ਸੀਗੇ ਕਬਜ਼ੇ ਜੀ ਇੱਥੇ ਲਗਭਗ 20 ਤੋਂ ਲੈ ਕੇ 30 ਦੁਕਾਨਦਾਰ ਹੈਗੇ ਜਿਹਨਾਂ ਨੇ ਸਮਾਨ ਪਾ ਲਿਆ ਹੋਇਆ ਸੀ ਕਿਸੇ ਦਾ ਵਿਰੋਧ ਵੀ ਦੇਖਣ ਨੂੰ ਮਿਲਿਆ ਕੋਈ ਵਿਰੋਧ ਵੀ ਕੀਤੇ ਗਏ ਨੇ ਕੁਛ ਲੋਕਾਂ ਨੂੰ ਇਹ ਲੱਗ ਰਿਹਾ ਵੀ ਸਾਡੀ ਜਗ੍ਹਾ ਤੋਂ ਸਮਾਨ ਚੱਕਿਆ ਜਾ ਰਿਹਾ ਹੈ ਸਾਡੀ ਪਰਸਨਲ ਜਗ੍ਹਾ ਸੀ ਲੇਕਿਨ ਨਗਰ ਕੌਂਸਲ ਨੇ ਸਿਰਫ ਜੋ ਸਰਕਾਰੀ ਜਗ੍ਹਾ ਤੇ ਕਬਜ਼ੇ ਲੋਕਾਂ ਨੇ ਕੀਤੇ ਉੱਥੇ ਸਮਾਨ ਚੱਕਿਆ ਮਤਲਬ ਕਿ ਸਾਰੀ ਥਾਂ ਜਿਹੜੀ ਸਰਕਾਰੀ ਸੀ ਹਾਂਜੀ ਬਿਲਕੁਲ ਤਿੰਨ ਟ੍ਰੈਫਿਕ ਵਿੱਚ ਬਹੁਤ ਜ਼ਿਆਦਾ ਸਮੱਸਿਆ ਕਰ ਰਹੀ ਹੈ ਲੋਕਾਂ ਨੂੰ ਆਉਣ ਜਾਣ 'ਚ ਵੱਡੇ ਵਹੀਕਲਸ ਨੂੰ ਬੜੀ ਦਿੱਕਤ ਆ ਰਹੀ ਹੈ ਕਾਫੀ ਸਮੇਂ ਤੋਂ ਸੀਗੀ ਸੁੰਦਰਤਾ ਨੂੰ ਵੀ ਗ੍ਰਹਿਣ ਲੱਗ ਰਿਹਾ ਕਿਉਂਕਿ ਬਿਲਕੁਲ ਜੀ ਬਿਲਕੁਲ ਨੈਸ਼ਨਲ ਹਾਈਵੇ ਹਾਂਜੀ ਹਾਂਜੀ ਇਹ ਬਾਰਡਰ ਨੂੰ ਜਾ ਰਹੀ ਹੈ ਰੋਡ ਜੀ ਸਾਊਥੀ ਬਾਰਡਰ ਨੂੰ ਜੋ ਟੂਰਿਸਟ ਪਲੇਸ ਵੀ ਸਾਡੇ ਬਣ ਰਿਹਾ ਇਸ ਕਰਕੇ ਇਸ ਰੋਡ ਨੂੰ ਕਬਜ਼ੇ ਮੂਵ ਕਰਨੇ ਬਹੁਤ ਜ਼ਰੂਰੀ ਸਨ ਕੀ ਮੈਸੇਜ ਦੇਣਾ ਚਾਹੋਗੇ ਬਾਕੀ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਹੀ ਮੈਸੇਜ ਸਾਡੇ ਵੱਲੋਂ ਨਗਰ ਕੌਂਸਲ ਨੂੰ ਬੇਨਤੀ ਹੈ ਵੀ ਸਾਡਾ ਸਮਾਨ ਦੁਕਾਨਾਂ ਦੇ ਅੰਦਰ ਰੱਖਣ ਸਰਕਾਰੀ ਜਗ੍ਹਾ 'ਤੇ ਨਾ ਰੱਖਣ ਤਾਂ ਕਿ ਜਿਹੜੀ ਟ੍ਰੈਫਿਕ ਦੀ ਸਮੱਸਿਆ ਸ਼ਹਿਰ 'ਚ ਪੈਦਾ ਨਾ ਹੋਵੇ ਇੱਕ ਐਮਸੀ ਵੱਲੋਂ ਵੀ ਕੋਈ ਬੋਲ ਬੁਲਾਵਾ ਕੀਤਾ ਜਾ ਰਿਹਾ ਸੀਗਾ ਕਿਹਾ ਜਾ ਰਿਹਾ ਸੀਗਾ ਕੌਣ ਸੀਗੇ ਕਿਹੜੇ ਨੋਟਿਸ ਨਹੀਂ ਹੈਗਾ ਸਾਡੀ ਟੀਮ ਦਾ ਲਗਾਤਾਰ ਕੰਮ ਕਰ ਰਹੀ ਹੈ